ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਆਪਣੀ ਇਸ ਵੀਡੀਓ ਦਾ ਸਬਜੈਕਟ ਹੁੰਦਾ ਕਿਊ ਐਨ ਏ, ਮਤਲਬ ਕੁਐਸਚਨ ਦੇ ਆਂਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤਾਂ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦਿੰਦਾ ਹੈਗਾ। ਸੋ ਇਹ ਵੀਡੀਓ ਹਰ ਰੋਜ਼ ਰਾਤ ਨੂੰ 8:30 ਵਜੇ ਯੂਟਿਊਬ ਤੋਂ ਰਿਲੀਜ਼ ਹੁੰਦੀ ਹੈ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਕਿਊ ਐਨ ਏ। ਗੁਰਵਿੰਦਰ ਸਿੰਘ ਲਿਖਦੇ ਨੇ, ਸਰ ਅਸੀਂ ਗੋਲਡ ਵੀ ਸ਼ੋਅ ਕਰ ਸਕਦੇ ਹਾਂ, LIC ਪਾਲਿਸੀ ਦੇ ਡਾਕੂਮੈਂਟ ਵਗੈਰਾ ਬਾਰੇ ਜਾਣਕਾਰੀ ਦਿਓ। ਇਹ ਕੈਨੇਡਾ ਦੇ ਵੀਜ਼ੇ ਬਾਰੇ ਪੁੱਛ ਰਹੇ ਨੇ ਕਿ ਅਸੀਂ ਗੋਲਡ ਵਗੈਰਾ ਸ਼ੋਅ ਕਰ ਸਕਦੇ ਵੈਲਿਊਏਸ਼ਨ। ਦੇਖੋ, ਗੋਲਡ ਦੀ ਇੰਨੀ ਕੋਈ ਵੈਲਿਊ ਨਹੀਂ ਹੁੰਦੀ, ਨਾ ਹੀ ਕੋਈ LIC ਦੀ ਹੈ। ਸਪਸ਼ਟ ਤੁਹਾਡੇ ਅਕਾਊਂਟ 'ਚ ਪੈਸੇ ਹੋਣੇ ਚਾਹੀਦੇ ਨੇ। ਯਾਨੀ ਕਿ ਦੇਖੋ, LIC ਨਾਲ ਤੁਸੀਂ ਬਾਹਰ ਨਹੀਂ ਜਾ ਸਕੋਗੇ ਨਾ। ਉਹਨਾਂ ਨੇ ਸਿਰਫ ਇਹ ਦੇਖਣਾ ਕਿ ਤੁਹਾਡੇ ਅਕਾਊਂਟ 'ਚ ਇੰਨੇ ਪੈਸੇ ਹੈਗੇ ਨੇ ਜਿਸ ਨਾਲ ਤੁਸੀਂ ਘੁੰਮ ਫਿਰ ਸਕੋ। ਸੋ ਗੋਲਡ ਅਤੇ LIC ਕੋਈ ਇੰਪੋਰਟੈਂਸ ਨਹੀਂ ਰੱਖਦੀਆਂ, ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਹੋਣੇ ਚਾਹੀਦੇ ਨੇ। ਇੰਦਰਗਿੱਲ ਲਿਖਦੇ ਨੇ, ਮੇਰੀ ਬਾਇਓਮੈਟ੍ਰਿਕ 7 ਫਰਵਰੀ ਦੀ ਹੋਈ ਹੈ, ਕਦੋਂ ਤੱਕ ਰਿਜ਼ਲਟ ਆਉਣਗੇ? ਅਕਤੂਬਰ ਤੱਕ ਆਉਣਗੇ ਬ੍ਰਦਰ, ਅਕਤੂਬਰ ਤੋਂ ਬਾਅਦ ਹੀ ਰਿਜ਼ਲਟ ਆਉਣਗੇ। ਸੋ ਅਕਤੂਬਰ ਤੱਕ ਵੇਟ ਕਰੋ ਤੁਸੀਂ। ਅੱਗੇ ਜੱਗੀ HR09 ਪੁੱਛਦੇ ਨੇ, ਵੀਰ ਜੀ ਮੈਂ ਆਰਮੀ 'ਚ ਸਰਵਿਸ ਕਰਦਾ ਹਾਂ, ਮੈਂ ਅਪਲਾਈ ਕਰਨਾ ਸੀ US ਦਾ ਟੂਰਿਸਟ ਵੀਜ਼ਾ। ਮੈਂ ਕੁਝ ਦਿਨ ਪਹਿਲਾਂ ਮੈਸੇਜ ਕੀਤਾ ਸੀ ਤੁਹਾਨੂੰ ਕਿ ਮੈਂ ਇਸ ਮੰਥ 'ਚ ਅਪਲਾਈ ਕਰ ਸਕਦਾ ਹਾਂ ਜੀ, ਅਤੇ ਅਪਲਾਈ ਕਰਨ ਤੋਂ ਬਾਅਦ ਇੰਟਰਵਿਊ ਦਾ ਟਾਈਮ ਕਿੰਨੇ ਦਿਨਾਂ 'ਚ ਮਿਲੇਗਾ? ਜੱਗੀ ਜੀ, ਹਾਲੇ ਜਿਹੜੀ ਅੰਬੈਸੀਆਂ ਫਿਲਹਾਲ ਕਲੋਜ਼ ਨੇ, ਪਰ ਤੁਸੀਂ ਤਿਆਰੀ ਕਰ ਸਕਦੇ ਹੋ। ਆਪਾਂ ਫਾਈਲ ਬਣਾ ਸਕਦੇ ਹਾਂ, ਪਰ ਹਾਲੇ ਅੰਬੈਸੀਆਂ ਦਾ ਜਿਹੜਾ ਟਾਈਮ ਹੈ ਉਹ ਤੁਹਾਨੂੰ ਜਿਹੜੀ ਡੇਟ ਹੈ ਹਾਲੇ ਲੇਟ ਮਿਲੇਗੀ। ਸੋ ਤੁਸੀਂ ਫਿਲਹਾਲ ਜਿਹੜਾ ਹੈਗਾ ਤਿਆਰੀ ਕਰ ਲਓ। ਤੁਸੀਂ ਆਓ, ਆਫਿਸ ਦੇ ਵਿੱਚ ਆ ਜਾਓ, ਤੁਹਾਨੂੰ ਅਸੀਂ ਤਿਆਰੀ ਸ਼ੁਰੂ ਕਰਾ ਦਿੰਦੇ ਹੈਗੇ, ਜਿਵੇਂ ਇੰਟਰਵਿਊ ਤਿਆਰੀ, ਅਤੇ ਜਦੋਂ ਆਪਣਾ ਖੁੱਲ੍ਹੇਗਾ ਉਦੋਂ ਤੁਹਾਨੂੰ ਅਸੀਂ ਅਪੁਆਇੰਟਮੈਂਟ ਲੈ ਕੇ ਦੇ ਦਾਂਗੇ। ਜਤਿੰਦਰ ਸਿੰਘ ਦਾ ਕਮੈਂਟ ਹੈ, ਸਰ ਆਈ ਐਮ ਵਰਕਿੰਗ ਇਨ ਮਰਚੈਂਟ ਨੇਵੀ, ਆਈ ਆਲਰੇਡੀ ਹੈਵ US C1D ਵੀਜ਼ਾ, ਮਾਈ ਏਜ 27 ਐਂਡ ਆਈ ਐਮ ਸਿੰਗਲ, ਕੈਨ ਅਪਲਾਈ US ਐਂਡ ਕੈਨੇਡਾ ਟੂਰਿਸਟ ਵੀਜ਼ਾ, ਮੀਨਸ ਕਿੱਥੇ ਪਰਸੈਂਟ ਚਾਂਸਿਸ ਆਈ ਹੈਵ ਆਲਰੇਡੀ, ਪਲੀਜ਼। ਜਤਿੰਦਰ ਜੀ, ਦੇਖੋ, ਜਿਹੜੇ ਮਰਚੈਂਟ ਨੇਵੀ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਸੈਲਰੀ ਚੰਗੀ ਹੁੰਦੀ ਹੈ, ਔਰ ਤੁਹਾਡਾ ਪਲੱਸ ਪੁਆਇੰਟ ਹੈ ਕਿ ਤੁਹਾਡੇ ਕੋਲ USA ਦਾ ਵੀਜ਼ਾ ਵੀ ਹੈਗਾ। ਤੁਸੀਂ ਕੈਨੇਡਾ ਦਾ ਵੀਜ਼ਾ ਪਹਿਲਾਂ ਅਪਲਾਈ ਕਰ ਲਓ ਆਪਣੀ ਪ੍ਰੋਫਾਈਲ ਦੇ ਬੇਸ 'ਤੇ। ਤੁਸੀਂ ਸਿੰਗਲ ਹੋ, ਮੈਰਿਡ ਹੋ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਤੁਹਾਡੇ ਕੋਲ ਆਲਰੇਡੀ ਅਮੈਰੀਕਾ ਦਾ ਵੀਜ਼ਾ ਹੈਗਾ। ਸੋ ਤੁਸੀਂ ਪਹਿਲਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਲਓ, ਤੁਹਾਡਾ ਵੀਜ਼ਾ ਆਪਾਂ ਲੈ ਲਾਂਗੇ, ਨੋ ਪ੍ਰੋਬਲਮ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅੱਗੇ ਜੂਕ ਡੌਕ ਲਿਖਦੇ ਨੇ, ਸਰ ਅਗਰ ਤੁਹਾਨੂੰ ਡਾਕੂਮੈਂਟ ਸੈਂਡ ਕਰਾਂ ਤਾਂ ਤੁਸੀਂ ਸਭ ਕਾਗਜ਼ ਤਿਆਰ ਕਰਨ ਵਿੱਚ ਕਿੰਨਾ ਟਾਈਮ ਲਗਾਓਗੇ? ਟੂਰਿਸਟ ਵੀਜ਼ਾ ਔਰ ਕਿੰਨੇ ਦਿਨ ਕੇ ਬਾਅਦ ਇੰਟਰਵਿਊ ਡੇਟ ਮਿਲੇਗੀ? ਇੰਟਰਵਿਊ ਬਾਅਦ ਕਿੰਨੇ ਦਿਨਾਂ ਬਾਅਦ ਵੀਜ਼ਾ ਆਏਗਾ? ਦੇਖੋ, ਜੇ ਤੁਸੀਂ USA ਬਾਰੇ ਪੁੱਛ ਰਹੇ ਹੋ, USA ਦਾ ਜਿਹੜਾ ਹਾਲੇ ਇੰਟਰਵਿਊ ਹਾਲੇ ਸ਼ੁਰੂ ਨਹੀਂ ਹੋਈਆਂ, ਇੰਟਰਵਿਊ ਅਗਲੇ ਮਹੀਨੇ ਤੋਂ ਸ਼ਾਇਦ ਉਮੀਦ ਕੀਤੀ ਜਾ ਰਹੀ ਸਟਾਰਟ ਹੋ ਜਾਣਗੀਆਂ। ਜੇ ਤੁਸੀਂ ਕੈਨੇਡਾ ਬਾਰੇ ਗੱਲ ਕਰ ਰਹੇ ਹੋ, ਕੈਨੇਡਾ ਵਾਸਤੇ ਕੋਈ ਇੰਟਰਵਿਊ ਦੀ ਲੋੜ ਨਹੀਂ ਹੁੰਦੀ, ਅਤੇ ਡਾਕੂਮੈਂਟ ਜ਼ਰੂਰਤ ਹੁੰਦੀ ਹੈ। ਜਿੰਨੇ ਕੁ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਨੇ ਤੁਸੀਂ ਸਾਨੂੰ ਭੇਜੋ, ਅਸੀਂ ਦੇਖਾਂਗੇ ਕਿਹੜੀ ਕਿਹੜੀ ਲੋੜ ਹੈ, ਜੋ ਕੁਛ ਅਸੀਂ ਕਮੀ ਪੇਸ਼ੀ ਪੂਰੀ ਕਰ ਸਕਦੇ ਹੋਈਏ ਅਸੀਂ ਵੀ ਜ਼ਰੂਰ ਤੁਹਾਡੀ ਹੈਲਪ ਕਰਾਂਗੇ। ਅੱਗੇ ਮੁਹੰਮਦ ਅਸਲਮ ਲਿਖਦੇ ਨੇ, ਡੀਅਰ ਸਰ, ਇਫ ਮਾਈ ਅਪੇਰਲ ਕਸਟਮਰ ਵਿਲ ਇਨਵਾਈਟ ਮੀ ਦੈਟ ਵਟ ਟਾਈਪ ਆਫ ਪੇਪਰ ਆਰ ਰਿਕੁਆਇਰਡ, ਪਲੀਜ਼ ਲੈਟ ਮੀ ਨੋ, ਆਈ ਐਮ ਫਰੋਮ ਬਾਂਗਲਾਦੇਸ਼। ਮੁਹੰਮਦ ਜੀ, ਯਦੀ ਆਪਕੇ ਕਲਾਇੰਟ ਆਪਕੋ ਬੁਲਾਉਣਾ ਚਾਹਤੇ ਹੈ ਤੋ ਆਪਕੋ ਆਪਣੇ ਕਲਾਇੰਟ ਸੇ ਸਪੋਂਸਰਸ਼ਿਪ ਲੈਟਰ ਜੋ ਹੈ ਮੰਗਵਾਉਣਾ ਪੜੇਗਾ, ਇਨਵੀਟੇਸ਼ਨ ਮੰਗਵਾਉਣੀ ਪੜੇਗੀ। ਆਪਕਾ ਕੋਈ, ਚਾਹੇ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਆਪਕਾ ਫਰੈਂਡ ਹੈ, ਜਾਂ ਕੋਈ ਕਸਟਮਰ ਹੈ, ਜਾਂ ਕਲਾਇੰਟ ਹੈ, ਆਪਕੋ ਇਨਵੀਟੇਸ਼ਨ ਕੀ ਜ਼ਰੂਰਤ ਪੜੇਗੀ। ਇਨਵੀਟੇਸ਼ਨ ਕੇ ਬਾਅਦ ਹੀ ਆਪਾਂ ਵੀਜ਼ਾ ਲੈ ਸਕਦੇ ਹਾਂ। ਅੱਗੇ ਪਰਮਗੀਰ ਲਿਖਦੇ ਨੇ, ਭਾਅ ਜੀ ਸਤਿ ਸ਼੍ਰੀ ਅਕਾਲ, ਐਮਰਜੈਂਸੀ ਬਿਜ਼ਨਸ ਵੀਜ਼ਾ 'ਤੇ ਟਾਈਮ ਪ੍ਰੋਸੈਸਿੰਗ ਕਿੰਨਾ ਹੈ ਜੀ? ਬ੍ਰਦਰ, ਜਿਹੜਾ ਐਮਰਜੈਂਸੀ ਬਿਜ਼ਨਸ ਵੀਜ਼ਾ ਤਾਂ ਹੀ ਲੱਗਦਾ ਜੇ ਤੁਹਾਨੂੰ ਕੋਈ ਵਾਕਈ ਕੋਈ ਇਸ ਤਰ੍ਹਾਂ ਦੀ ਕੋਈ ਮੀਟਿੰਗ ਹੈ ਤੁਹਾਡੀ ਉੱਥੇ, ਜਿਸ ਵੇਲੇ ਨਹੀਂ ਜਿਹੜਾ ਹੈਗਾ ਸਰਦਾ, ਤਦ ਹੀ ਤੁਹਾਨੂੰ ਮਿਲਦਾ। ਪਰ ਉਹਦੇ ਵਾਸਤੇ ਆਪਾਂ ਨੂੰ ਜਿਹੜੀ ਐਮਬੈਸੀ ਦੀ ਅਪਰੂਵਲ ਲੈਣੀ ਪੈਂਦੀ ਹੈਗੀ ਹੈ, ਸੋ ਟਾਈਮ ਲੱਗ ਜਾਂਦਾ। ਪਰ ਜੇ ਤੁਸੀਂ ਕੈਨੇਡਾ ਦੀ ਗੱਲ ਕਰ ਰਹੇ ਹੋ, ਕੈਨੇਡਾ 'ਚ ਐਮਰਜੈਂਸੀ ਔਨ ਆਫਲਾਈਨ ਤਾਂ ਮੰਨ ਲਈ ਜਾਂਦੀ ਸੀ, ਪਰ ਔਨਲਾਈਨ ਐਮਰਜੈਂਸੀ ਕੈਟਾਗਰੀ ਨਹੀਂ ਹੈਗੀ, ਸੋ ਤੁਹਾਨੂੰ ਨੋਰਮਲ ਕੈਟਾਗਰੀ ਦੇ ਵਿੱਚ ਹੀ ਵੀਜ਼ਾ ਲਾਉਣਾ ਪਏਗਾ ਫਿਲਹਾਲ। ਪ੍ਰਦੀਪ ਸੰਧੂ, USA ਟੂਰਿਸਟ ਵੀਜ਼ਾ ਰੇਲਵੇ ਡਿਪਾਰਟਮੈਂਟ ਵਾਲੇ ਕੈਸੇ ਜਾ ਸਕਦੇ ਹੈ? ਪਲੀਜ਼, ਕੋਈ ਵੀ ਜਾ ਸਕਦਾ ਹੈ, ਚਾਹੇ ਰੇਲਵੇ ਵਾਲਾ, ਚਾਹੇ ਕੋਈ ਬੱਸ ਕੰਡਕਟਰ ਹੈ, ਬੱਸ ਡਰਾਈਵਰ ਹੈ, ਜਾਂ ਕੋਈ ਹੋਰ ਡਿਪਾਰਟਮੈਂਟ ਹੈ, ਕੋਈ ਵੀ ਜਾ ਸਕਦਾ ਹੈਗਾ। USA ਨੇ ਤੁਹਾਡੀ ਇੰਟਰਵਿਊ ਲੈਣੀ ਹੈ, ਜੇ ਤੁਸੀਂ ਇੰਟਰਵਿਊ ਨਹੀਂ ਦੇ ਸਕਦੇ ਤੁਸੀਂ ਵੀ ਜਾ ਸਕਦੇ ਹੋ। ਸੰਦੀਪ ਰਾਵਲ ਲਿਖਦੇ ਨੇ, ਭਾਅ ਜੀ ਪ੍ਰੋਸੈਸਿੰਗ ਟਾਈਮ 134 ਡੇਜ਼ ਹੋ ਗਿਆ ਹੈ, 175 ਨਹੀਂ ਹੋਇਆ, 7 ਸਤੰਬਰ ਆਤੇ ਹੋਏ ਕੰਮ ਹੋ ਜਾਏਗਾ। ਬਿਲਕੁਲ ਜੀ, ਜਦੋਂ
ਪ੍ਰੋਸੈਸ ਸ਼ੁਰੂ ਹੋਇਆ ਸੀ ਉਦੋਂ 412 ਦਿਨ ਜਿਹੜੇ ਉਹ ਲੱਗਦੇ ਸੀ, ਹੌਲੀ ਹੌਲੀ ਘਟਦੇ ਘਟਦੇ ਹੁਣ 134 ਡੇ ਪ੍ਰੋਸੈਸਿੰਗ ਟਾਈਮ ਹੈ, ਇਹ ਹੋਰ ਵੀ ਘਟੇਗਾ। ਸੰਦੀਪ ਸਿੰਘ ਲਿਖਦੇ ਨੇ, ਭਾਅ ਜੀ ਇਟਲੀ ਦੇ ਕੌਣ ਕੌਣ ਸੇ ਵੀਜ਼ੇ ਖੁੱਲ੍ਹੇ ਹੈ? ਹਾਲੇ ਬ੍ਰਦਰ ਕੋਈ ਵੀ ਜਿਹੜਾ ਇਟਲੀ ਦਾ ਵੀਜ਼ਾ ਉਹ ਨਹੀਂ ਖੁੱਲ੍ਹਿਆ, ਸੋ ਵੇਟ ਕਰੋ। ਸਤਵੀਰ ਕੌਰ ਲਿਖਦੇ ਨੇ, ਸਰ ਅਸੀਂ ਸੁਪਰ ਵੀਜ਼ਾ ਅਪਲਾਈ ਕਰਨਾ ਹੈ, ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ? ਅਸੀਂ 2 ਵਾਰ ਕੈਨੇਡਾ ਜਾ ਕੇ ਆਏ ਹੋਏ ਹਾਂ, ਬੇਟੇ ਦੀ PR ਫਾਈਲ ਲੱਗੀ ਹੋਈ ਹੈ, ਪਹਿਲਾਂ ਸਾਡਾ 2 ਸਾਲ ਦਾ ਵੀਜ਼ਾ ਲੱਗਿਆ ਸੀ। ਸਤਵੀਰ ਕੌਰ ਜੀ, ਸੁਪਰ ਵੀਜ਼ਾ ਵਾਸਤੇ ਤੁਹਾਡੇ ਬੇਟੇ ਦੀ ਇਨਕਮ ਹੋਣੀ ਬਹੁਤ ਜ਼ਰੂਰੀ ਹੈ। ਇੱਕ ਇਨਕਮ ਦੀ ਤੈਅ ਜਿਹੜੀ ਸੀਮਾ ਉਹ ਤੈਅ ਕੀਤੀ ਗਈ ਹੈਗੀ ਹੈ, ਸੋ ਉਸ ਸੀਮਾ ਤੱਕ ਤੁਹਾਡੇ ਬੇਟੇ ਦੀ ਜਿਹੜੀ ਇਨਕਮ ਹੋਣੀ ਜ਼ਰੂਰੀ ਹੈ, ਅਤੇ ਤੁਹਾਡੇ ਬੇਟੇ ਦੇ ਡਾਕੂਮੈਂਟ ਲੈਣਗੇ, ਇੱਧਰੋਂ ਉਹ ਤੁਹਾਡੇ ਇਨਕਮ ਦੇ ਡਾਕੂਮੈਂਟ ਜਿਹੜੇ ਤੁਸੀਂ ਡਾਕੂਮੈਂਟ ਪਹਿਲਾਂ ਟੂਰਿਸਟ ਵੀਜ਼ਾ 'ਤੇ ਲਾਏ ਸੀਗੇ ਉਹੀ ਲੱਗਣਗੇ, ਜਿਵੇਂ ਤੁਹਾਡੀ ਇਨਕਮ ਹੋਊਗੀ, ਤੁਹਾਡਾ ਪ੍ਰੋਪਰਟੀ ਵੈਲਿਊਏਸ਼ਨ, ਬੈਂਕ ਸਟੇਟਮੈਂਟ, ਇਨਕਮ ਦਾ ਪਰੂਫ, ਇਸ ਤਰ੍ਹਾਂ ਦੇ ਪੇਪਰ ਜਿਹੜੇ ਲੱਗਦੇ ਨੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਸਾਨੂੰ ਕਾਲ ਕਰ ਸਕਦੇ ਹੋ। ਸਟੋਕ ਵੀਡੀਓਜ਼ ਲਿਖਦੇ ਨੇ, ਹਾਏ ਸਰ, ਸਰ ਦੁਬਈ ਤੋਂ USA ਦਾ ਅਪਲਾਈ ਕਰ ਸਕਦੇ ਹੋ? ਰਿਪਲਾਈ ਪਲੀਜ਼। ਬਿਲਕੁਲ ਕਰ ਸਕਦੇ ਹਾਂ ਜੀ, ਕਿਤੋਂ ਵੀ ਕਰ ਸਕਦੇ ਹੋ, ਇਕੱਲਾ ਦੁਬਈ ਤੋਂ ਨਹੀਂ, ਕਿਸੇ ਵੀ ਕੰਟਰੀ ਤੋਂ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਸਾਡੀ ਕੰਪਨੀ ਐਕਸਪਰਟ ਹੈਗੀ ਹੈ, ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ, ਅਸੀਂ ਤੁਹਾਨੂੰ ਉੱਥੋਂ ਜਿਹੜਾ ਵੀਜ਼ਾ ਅਪਲਾਈ ਕਰਾ ਦਾਂਗੇ। ਅੱਗੇ ਵਿਨੇ ਅਰੋੜ ਲਿਖਦੇ ਨੇ, ਹੈਲੋ ਵੀਰ, ਮੈਂ ਦੁਬਈ ਤੋਂ ਗ੍ਰੀਸ ਟੂਰਿਸਟ ਵੀਜ਼ਾ ਅਪਲਾਈ ਕੀਤਾ, ਰਿਫਿਊਜ਼ ਹੋ ਗਿਆ, ਟਰੈਵਲ ਏਜੰਸੀ ਤੁਰਕੀ ਥਾਈਲੈਂਡ ਸੀ, ਹੁਣ ਮੈਂ ਅਗੇਨ ਵੀਜ਼ਾ ਕਦੋਂ ਅਪਲਾਈ ਕਰਾਂ, ਮੇਰਾ ਵੀਜ਼ਾ ਸਕਸੈਸ ਆਏਗਾ? ਐਡਮਿਨਿਸਟ੍ਰੇਸ਼ਨ ਮੈਨੇਜਰ, ਵੀਜ਼ਾ ਦੁਬਈ, 8000 AD ਸੈਲਰੀ, 50K 4 AD ਬੈਲੈਂਸ ਸ਼ੋਅ ਕੀਤਾ, ਤੁਹਾਡਾ ਵੀਜ਼ਾ ਰਿਜੈਕਟ ਨਹੀਂ ਹੋਣਾ ਚਾਹੀਦਾ ਸੀਗਾ, ਕੋਈ ਨਾ ਕੋਈ ਤੁਸੀਂ ਗਲਤੀ ਕੀਤੀ ਹੈਗੀ ਹੈ, ਤੁਸੀਂ ਰੀਅਪਲਾਈ ਕਰੋ ਜਾਂ ਸਾਨੂੰ ਕੰਟੈਕਟ ਕਰੋ, ਸਾਨੂੰ ਵੀਜ਼ਾ ਲੈ ਕੇ ਦੇਵਾਂਗੇ, ਕਿਉਂਕਿ ਤੁਹਾਡੀ ਸੈਲਰੀ ਬਹੁਤ ਵਧੀਆ ਹੈਗੀ ਹੈ, ਤੁਹਾਡਾ ਬੈਲੈਂਸ ਵੀ ਚੰਗਾ ਸੀਗਾ, ਸੋ ਮੈਂ ਨਹੀਂ ਮੰਨਦਾ ਕਿ ਤੁਹਾਡਾ ਵੀਜ਼ਾ ਰਿਜੈਕਟ ਹੋਵੇ, ਕਿਤੇ ਨਾ ਕਿਤੇ ਕੋਈ ਅਪਲਾਈ ਕਰਨ ਦੇ ਵਿੱਚ ਜਾਂ ਫਾਰਮ ਦੇ ਵਿੱਚ ਗਲਤੀ ਹੋਈ ਹੈ, ਤੁਸੀਂ ਸਾਨੂੰ ਕੰਟੈਕਟ ਕਰੋ, ਅਸੀਂ ਵੀਜ਼ਾ ਲੈ ਕੇ ਦੇਵਾਂਗੇ ਤੁਹਾਨੂੰ। ਵੀਰੇਨ ਚੌਧਰੀ ਲਿਖਦੇ ਨੇ, ਸਰ ਮੈਡੀਕਲ ਵੀਜ਼ਾ ਇੰਟਰਵਿਊ ਪ੍ਰਪਰੇਸ਼ਨ ਦੀ ਵੀਡੀਓ ਦਾ ਲਿੰਕ ਸੈਂਡ ਕਰ ਦਿਓ ਨੈਕਸਟ ਵੀਡੀਓ 'ਚ ਪਲੀਜ਼, ਅਤੇ ਵੀਜ਼ਾ ਅਪੁਆਇੰਟਮੈਂਟ ਦਾ ਕੀ ਸਟੇਟਸ ਹੈ? ਮੈਡੀਕਲ ਵੀਜ਼ਾ ਵਾਸਤੇ ਬ੍ਰਦਰ ਇੱਕ ਸਪੈਸ਼ਲ ਕੈਟਾਗਰੀ ਹੈਗੀ ਹੈ, ਅੰਬੈਸੀ ਦੀ ਅਪਰੂਵਲ ਹੁੰਦੀ ਹੈ, ਦੈਨ ਤੁਸੀਂ ਮੈਡੀਕਲ ਵੀਜ਼ਾ ਫਾਈਲ ਜਿਹੜੀ ਉਹ ਲਾ ਸਕਦੇ ਹੋ। ਅੱਗੇ ਲਿਖਦੇ ਨੇ ਅਗਲੇ ਸਾਡੇ ਜਿਹੜੇ ਵਿਊਅਰ ਨੇ, ਇੱਕ ਲਿਖਦੇ ਨੇ, ਸਰ ਮੈਂ ਸਟੂਡੈਂਟ ਹਾਂ, BA ਕਰਦਾ ਅਤੇ ਜੋਬ ਕਰਦਾ, ਪਹਿਲਾਂ ਕਦੀ ਟਰੈਵਲ ਨਹੀਂ ਕੀਤਾ, ਕੀ ਮੈਂ ਕੀਤਾ ਮੈਂ ਜਾ ਸਕਦਾ ਆਪਣੇ ਡਾਕੂਮੈਂਟ ਲਗਾ ਕੇ, ਕਿਉਂਕਿ ਮੈਂ ਫਾਦਰ ਸਪੋਰਟਿੰਗ ਹੀ ਹੈਗਾ। ਦੇਖੋ ਬ੍ਰਦਰ, ਜੇਕਰ ਤੁਸੀਂ ਸਟੂਡੈਂਟ ਹੋ ਜਾਂ ਤੁਹਾਡੀ ਉਮਰ 18 ਸਾਲ ਤੋਂ ਥੱਲੇ ਹੈ ਜਾਂ ਤੁਸੀਂ ਸਟੂਡੈਂਟ ਹੋ, ਫਿਰ ਤੁਸੀਂ ਫਾਦਰ ਦੀ ਸਪੋਰਟ ਲੈ ਸਕਦੇ ਹੋ, ਫਾਦਰ ਦੇ ਨਾਲ ਅਪਲਾਈ ਕਰੋਗੇ ਤਾਂ ਵੀਜ਼ਾ ਤੁਹਾਡਾ ਜਿਹੜਾ ਆਉਣ ਦੇ ਚਾਂਸਿਸ ਹੁੰਦੇ ਹੈਗੇ ਆ। ਅੱਗੇ AR ਲਿਖਦੇ ਨੇ, ਹੈਲੋ ਸਰ, ਵੈਨ ਇਜ਼ ਟੂਰਿਸਟ ਵੀਜ਼ਾ ਓਪਨਿੰਗ ਫੋਰ USA ਫਰੋਮ ਇੰਡੀਆ? AR ਜੀ, ਅਭੀ ਥੋੜ੍ਹਾ ਟਾਈਮ ਲੱਗੇਗਾ, ਵੇਟ ਕੀਜੀਏ, ਮੇ ਬੀ ਨੈਕਸਟ ਮੰਥ ਜੋ ਹੈ ਖੁੱਲ੍ਹਣੇ ਕੀ ਉਮੀਦ ਹੈ। ਅਮਿਤ ਪਟਵਾਲ ਲਿਖਦੇ ਨੇ, ਸਰ ਮੈਂ ਦੁਬਈ ਮੈਂ ਜੋਬ ਕਰਤਾ ਹੂੰ, ਮੈਂ ਵੀ ਅਪਲਾਈ ਕਰ ਰਹਾ ਹੂੰ B1 B2 ਵੀਜ਼ਾ ਟੂ ਦੁਬਈ ਸੇ, ਥੋੜ੍ਹਾ ਈਜ਼ੀ ਹੋਗਾ ਇੰਟਰਵਿਊ ਕੇ ਲੀਏ, ਪਲੀਜ਼ ਮੁਝੇ ਬਤਾਈਏ, ਥੈਂਕ ਯੂ ਸਰ, ਮੁਝੇ ਆਪਕਾ ਵੀਡੀਓ ਹਮੇਸ਼ਾ ਦੇਖਤਾ ਹੂੰ, ਮੈਂ ਆਪਕਾ ਵੀਡੀਓ ਹਮੇਸ਼ਾ ਦੇਖਤਾ ਹੂੰ। ਸ਼ੁਕਰੀਆ ਅਮਿਤ ਪਟਵਾਲ ਜੀ, ਮੇਰੀ ਬਹੁਤ ਸਾਰੀ ਵੀਡੀਓ ਹੈ USA ਵੀਜ਼ਾ ਪੇ, ਆਪ ਵੀਡੀਓ ਦੇਖੇਂਗੇ ਤੋ ਆਪਕੋ ਸਾਰਾ ਕੁਛ ਪਤਾ ਲੱਗੇ, ਕੈਸੇ ਆਪਣੇ ਅਪਲਾਈ ਕਰਨਾ ਹੈ, ਕੈਸੇ ਆਪਣੇ ਇੰਟਰਵਿਊ ਦੇਣੀ ਹੈ। ਆਰਸਿਕਲ ਲਿਖਦੇ ਨੇ, ਸਰ 10th ਪਾਸ ਵੀ ਜਾ ਸਕਦਾ ਹੈਗਾ ਫਾਰਮ ਵਰਕਰ ਵੀਜ਼ਾ 'ਤੇ? ਨਹੀਂ ਜੀ, 10th ਪਾਸ ਨਹੀਂ ਜਾ ਸਕਦਾ, ਘੱਟੋ ਘੱਟ ਤੁਹਾਡੀ ਕੁਆਲੀਫਿਕੇਸ਼ਨ ਉਹ +2 ਹੋਣੀ ਚਾਹੀਦੀ ਹੈ। ਔਲਖ ਬਲੌਗਰ ਲਿਖਦੇ ਨੇ, ਸਰ ਇੰਡੀਆ ਤੋਂ ਓਪਨ ਵਰਕ ਪਰਮਿਟ ਲੱਗ ਜਾਂਦਾ ਹੈ ਕਿ ਨਹੀਂ? ਬਿਕਾਊਜ਼ ਮੈਂ ਅਨਮੈਰਿਡ ਹਾਂ, ਮੇਰਾ ਸਪਾਊਸ ਤੋਂ ਲੱਗ ਜਾਂਦਾ ਹੈ ਕਿ ਨਹੀਂ? ਅਗਰ ਲੀਮੀਆ ਆਈ ਹੋਵੇ ਜਾਂ ਸਿਰਫ ਇੰਡੀਆ ਤੋਂ ਵਰਕ ਪਰਮਿਟ ਲੱਗਦਾ ਹੈ, ਕਿਉਂਕਿ ਮੈਂ ਕਿਸੇ ਏਜੰਟ ਨੇ ਔਫਰ ਕੀਤਾ ਸੀ। ਨਹੀਂ ਜੀ, ਦੇਖੋ ਔਲਖ ਸਾਹਿਬ, ਇੰਡੀਆ ਤੋਂ ਜਿਹੜਾ ਹੈਗਾ ਓਪਨ ਵਰਕ ਪਰਮਿਟ ਨਹੀਂ ਲੱਗਦਾ, ਓਪਨ ਵਰਕ ਪਰਮਿਟ ਤਾਂ ਹੀ ਲੱਗਦਾ ਜੇ ਤੁਹਾਡਾ ਸਪਾਊਸ ਉੱਥੇ ਹੈ, ਜੇ ਤੁਹਾਡੀ ਵਾਈਫ ਉੱਥੇ ਹੈ, ਤੁਸੀਂ ਉਰੇ ਹੋ, ਤਾਂ ਹੀ ਤੁਸੀਂ ਓਪਨ ਵਰਕ ਪਰਮਿਟ 'ਤੇ ਜਾ ਸਕਦੇ ਹੋ, ਪਰ ਅਨਮੈਰਿਡ ਬੰਦਾ ਡਾਇਰੈਕਟਲੀ ਓਪਨ ਵਰਕ ਪਰਮਿਟ 'ਤੇ ਨਹੀਂ ਜਾ ਸਕਦਾ, ਤੁਹਾਨੂੰ ਵਰਕ ਪਰਮਿਟ 'ਤੇ ਹੀ ਜਾਣਾ ਪੈਂਦਾ ਹੈ। ਬਿੰਦੂ ਗੁਜਰਾਲ ਪੁੱਛਦੇ ਨੇ, ਸਰ ਮੇਰਾ ਰਿਫਿਊਜ਼ ਹੋ ਗਿਆ ਹੈ, ਅਬ ਮੇਰਾ UK ਕਾ ਵੀਜ਼ਾ
ਲੱਗੇਗਾ ਜਾਂ ਨਹੀਂ ਲੱਗ ਸਕਦਾ ਜੀ, ਨੋ ਪ੍ਰੋਬਲਮ। ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ, ਕਿਸੇ ਵੀ ਕੰਟਰੀ ਦਾ ਰਿਫਿਊਜ਼ ਹੋਣ ਨਾਲ ਦੂਜੀ ਕੰਟਰੀ ਦੇ ਫਰਕ ਨਹੀਂ ਪੈਂਦਾ ਜੇ ਤੁਹਾਡੀ ਪ੍ਰੋਫਾਈਲ ਵਧੀਆ। ਜੇ ਪ੍ਰੋਫਾਈਲ ਉਸ ਤਰ੍ਹਾਂ ਦੀ ਹੈ ਫਿਰ ਜ਼ਰੂਰ ਰਿਜੈਕਟ ਹੋ ਸਕਦਾ, ਪਰ ਜੇ ਤੁਹਾਡੀ ਪ੍ਰੋਫਾਈਲ 'ਚ ਕੋਈ ਅਮੈਂਡਮੈਂਟ ਹੈ ਤਾਂ ਤੁਸੀਂ ਵੀਜ਼ਾ ਲੈ ਸਕਦੇ। ਚੇਂਜ ਚਾਰ ਲਿਖਦੇ ਨੇ, ਟਾਈਮ ਪ੍ਰੋਸੈਸ ਕਿੰਨਾ ਹੁੰਦਾ ਜੀ, ਐਂਡ ਕਾਰਪੈਂਟਰ ਵੀਜ਼ਾ ਲਈ ਕਿੰਨੇ ਬੈਂਡ ਚਾਹੀਦੇ ਨੇ, ਇਹ ਐਕਸਪੀਰੀਅੰਸ ਹੈ। ਕਾਰਪੈਂਟਰ ਹੋਵੇ, ਪਲੰਬਰ ਹੋਵੇ, ਤੁਹਾਡੇ ਜਿਹੜਾ ਹੈਗਾ ਪਲੱਸ ਟੂ ਹੋਣੇ ਚਾਹੀਦੇ ਹੋ, ਅਤੇ ਘੱਟੋ ਘੱਟ ਤੁਹਾਡੇ 5 ਬੈਂਡ ਹੋਣੇ ਜ਼ਰੂਰੀ ਹਨ। ਜੇ ਤੁਸੀਂ ਇਹ ਸ਼ਰਤ ਪੂਰੀ ਕਰਦੇ ਹੋ ਤਾਂ ਹੀ ਤੁਸੀਂ ਜਿਹੜਾ ਵੀਜ਼ਾ ਉਹ ਪਾ ਸਕਦੇ। ਅੱਗੇ ਦਿਲਪ੍ਰੀਤ ਕੱਲ੍ਹ ਲਿਖਦੇ ਨੇ, ਡੀਅਰ ਸਰ ਇੰਟਰਵਿਊ ਵੀ ਹੁੰਦਾ ਹੈ, ਇੰਡੀਆ ਤੋਂ ਅਪਲਾਈ ਕਰਨਾ ਹੋਵੇ ਤਾਂ? ਇੰਟਰਵਿਊ ਦੇ ਚਾਂਸਿਸ ਜਿਹੜੇ ਬਹੁਤ ਘੱਟ ਹੁੰਦੇ ਨੇ ਵਰਕ ਪਰਮਿਟ ਦੇ ਕੈਨੇਡਾ ਦੇ, ਸੋ ਪਰ ਫਿਰ ਵੀ ਤੁਹਾਨੂੰ ਤਿਆਰੀ ਜਿਹੜੀ ਰੱਖਣੀ ਪੈਂਦੀ ਹੈ। ਦਲਜੀਤ ਸਿੰਘ ਲਿਖਦੇ ਨੇ, ਸਪੇਨ ਤੋਂ ਇਨਵੀਟੇਸ਼ਨ ਆ ਸਕਦਾ ਮੇਰੇ ਬ੍ਰਦਰ ਨੇ PR, ਪਰ ਮੇਰੀ ਸੈਲਰੀ 70,000 ਓਨਲੀ, ਮੇਰਾ ਫੈਮਿਲੀ ਵੀਜ਼ਾ ਸਪੇਨ ਦਾ ਲੱਗ ਸਕਦਾ ਹੈ? ਦੱਸਿਓ ਭਾਅ ਜੀ ਪਲੀਜ਼। ਮੈਂ ਜੋਬ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕਲਰਕੀ ਤੌਰ 'ਤੇ ਕਰਦਾ ਹਾਂ। ਦਲਜੀਤ ਜੀ ਦੇਖੋ, ਤੁਹਾਨੂੰ ਇਨਕਮ ਵਧਾਉਣੀ ਪਏਗੀ, 17,000 ਦੀ ਇਨਕਮ 'ਤੇ ਵੀਜ਼ਾ ਜਿਹੜਾ ਉਹ ਨਹੀਂ ਲੱਗੇਗਾ, ਸੋ ਤੁਸੀਂ ਇਨਕਮ ਵਧਾ ਕੇ ਦਿਖਾਓ, ਤੁਸੀਂ ਰਿਟਰਨ ਭਰੋ, ਹਾਲੇ ਕਾਲ ਨਾ ਕਰੋ ਸਪੋਂਸਰ ਮੰਗਾਉਣ ਦੀ, ਪਹਿਲਾਂ ਆਪਣੀ ਪ੍ਰੋਫਾਈਲ ਵਧੀਆ ਤਰੀਕੇ ਨਾਲ ਬਣਾਓ। ਜੇ ਤੁਹਾਡੀ ਪ੍ਰੋਫਾਈਲ ਵਧੀਆ ਤਰੀਕੇ ਨਾਲ ਬਣਦੀ ਹੈਗੀ ਹੈ ਤਾਂ ਹੀ ਤੁਹਾਨੂੰ ਵੀਜ਼ਾ ਮਿਲਣਾ, ਅਦਰਵਾਈਜ਼ ਨਹੀਂ। ਡੀਜੇ ਸਾਹਿਬ ਲਿਖਦੇ ਨੇ, ਕੋਈ ਇੱਦਾਂ ਦੀ ਕੰਪਨੀ ਦੱਸੋ ਜੋ ਹਲੀਮੀਆ ਪ੍ਰੋਵਾਈਡ ਕਰਦੀ ਹੈ। ਬਹੁਤ ਸਾਰੀਆਂ ਕੰਪਨੀਆਂ ਨੇ ਡੀਜੇ ਸਾਹਿਬ, ਜੇ ਪਹਿਲਾਂ ਤੁਸੀਂ ਆਪਦੀ ਕੁਆਲੀਫਿਕੇਸ਼ਨ ਸਹੀ ਰੱਖੋ, ਜੇ ਤੁਹਾਡੀ ਕੁਆਲੀਫਿਕੇਸ਼ਨ ਅਤੇ ਐਕਸਪੀਰੀਅੰਸ ਸਹੀ ਹੈਗਾ ਤਾਂ ਤੁਹਾਨੂੰ ਵੀ ਜਿਹੜੀ ਹੇਠ ਲੀਮੀਆ ਮਿਲ ਸਕਦੀ ਹੈ। ਅੱਗੇ ਗੁਰਵਿੰਦਰ ਜੀ ਲਿਖਦੇ ਨੇ, ਸਰ ਮੈਂ ਬਹਿਰੀਨ 'ਚ ਜੋਬ ਕਰਦਾ, ਕਾਰ ਡਰਾਈਵਰ ਹਾਂ, ਕੀ ਮੈਂ ਕੈਨੇਡਾ ਲਈ ਅਪਲਾਈ ਕਰ ਸਕਦਾ ਹਾਂ? ਜੇ ਕਰ ਸਕਦਾ ਦੱਸੋ ਉਹਦੇ ਲਈ ਕੀ ਕੀ ਡਾਕੂਮੈਂਟ ਚਾਹੀਦੇ ਨੇ ਪਲੀਜ਼। ਦੇਖੋ ਜੀ, ਜੇ ਤੁਸੀਂ ਕਾਰ ਡਰਾਈਵਰ ਹੈਗੇ ਹੋ, ਤੁਹਾਡੀ ਇਨਕਮ ਵਧੀਆ, ਤਾਂ ਹੀ ਤੁਸੀਂ ਕੈਨੇਡਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਹੋ। ਇਹਦੇ ਵਾਸਤੇ ਡਾਕੂਮੈਂਟ ਤੁਹਾਡਾ ਕੰਟਰੈਕਟ ਲੈਟਰ, ਜਿਹੜੇ ਅਕਾਊਂਟ ਸੈਲਰੀ ਆਉਂਦੀ ਹੈ ਉਹਦੀ ਸਟੇਟਮੈਂਟ, ਕੰਪਨੀ ਤੋਂ NOC, ਪਾਸਪੋਰਟ ਦੀ ਕਾਪੀ, ਤੁਹਾਡੀ ਫੈਮਿਲੀ ਡਿਟੇਲ, ਤੁਹਾਡੀ ਫੋਟੋ, ਸੋ ਇਹ ਪੇਪਰ ਚਾਹੀਦੇ ਨੇ। ਤੁਸੀਂ ਇਹਨਾਂ ਪੇਪਰਾਂ ਦੇ ਨਾਲ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਸੋ ਦੋਸਤੋ, ਤੁਸੀਂ ਬਹੁਤ ਪਿਆਰ ਕਰ ਦਿੰਦੇ ਹੋ ਹਮੇਸ਼ਾ, ਮੇਰੀ ਹਰ ਇੱਕ ਵੀਡੀਓ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਸ ਤਰ੍ਹਾਂ ਹੀ ਮੈਨੂੰ ਪਿਆਰ ਤੁਸੀਂ ਦਿੰਦੇ ਰਹੋ ਤਾਂ ਕਿ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਬਣਾ ਕੇ ਜਿਹੜਾ ਦਿੰਦਾ ਰਹਾਂ। ਸੋ ਉਮੀਦ ਕਰਦਾ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ। ਸੋ ਜਾਂਦੇ ਜਾਂਦੇ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ, ਬੈਲ ਦਾ ਬਟਨ ਦਬਾਓ ਤਾਂ ਕਿ ਨਾਲੇ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਮੈਨੂੰ ਇੰਸਟਾ 'ਤੇ ਫੋਲੋ ਕਰੋ, ਫੇਸਬੁੱਕ 'ਤੇ ਲਾਈਕ ਕਰੋ। ਵਧੇਰੇ ਜਾਣਕਾਰੀ ਲਈ, ਆਪਣਾ ਕੇਸ ਡਿਸਕਸ ਕਰਨ ਲਈ ਤੁਸੀਂ ਸਕਰੀਨ ਦੇ ਦਿੱਤੇ ਹੋਏ ਨੰਬਰ 'ਤੇ ਕਾਲ ਕਰ ਸਕਦੇ ਹੋ। ਕਈ ਵਾਰ ਸਾਡੇ ਤੋਂ ਕਾਲ ਜਿਹੜੀ ਹੈਗੀ ਆ ਉਹ ਨਹੀਂ ਚੱਕ ਹੁੰਦੀ, ਸੋ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ 'ਤੇ ਜਾ ਕੇ ਆਪਣਾ ਇਨਕੁਆਇਰੀ ਫਾਰਮ ਭਰ ਕੇ ਸਾਨੂੰ ਇਨਕੁਆਇਰੀ ਵੀ ਭੇਜ ਸਕਦੇ ਹੋ, ਅਸੀਂ ਡੈਫੀਨੇਟ ਤੁਹਾਨੂੰ ਕਾਲ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।